ਬੋਲੋ ਇੱਕ ਇੱਕ ਦਾ ਨਿਸ਼ਾਨ ਹੋ ਗਿਆ, ਠੀਕ ਹੈ। ਇੱਕ ਦੋ, ਬੋਲੋ ਦੋ। ਦੋ ਦਾ ਨਿਸ਼ਾਨ ਹੁੰਦਾ ਇਹ ਵਾਲਾ, ਅਸੀਂ ਦੋ ਨੂੰ ਇਸ ਤਰ੍ਹਾਂ ਲਿਖਦੇ ਹਾਂ, ਠੀਕ ਹੈ। ਇੱਕ ਦੋ ਤਿੰਨ, ਲਓ ਜੀ ਤਿੰਨ ਇਸ ਤਰ੍ਹਾਂ ਲਿਖਿਆ ਜਾਂਦਾ। ਇੱਕ ਦੋ ਤਿੰਨ ਚਾਰ, ਚਾਰ ਇਸ ਤਰ੍ਹਾਂ ਲਿਖਿਆ ਜਾਂਦਾ, ਠੀਕ ਹੈ। ਇੱਕ ਦੋ ਤਿੰਨ ਚਾਰ ਪੰਜ, ਤਾਂ ਪੰਜ ਇਸ ਤਰ੍ਹਾਂ ਲਿਖਿਆ ਜਾਂਦਾ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਛੇ, ਤਾਂ ਛੇ ਦਾ ਨਿਸ਼ਾਨ ਇਹ ਵਾਲਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਸੱਤ ਦੇਖੋ, ਇੱਕ ਦੋ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ, ਸੱਤ ਸੱਤ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਅੱਠ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ, ਨੌ, ਦਸ, ਦਸ ਇੱਕ ਗਿਆਰਾਂ, ਤੀਹ, ਤੀਹ ਅੱਠ ਅਠੱਤੀ, ਤੀਹ, ਤੀਹ ਚਾਰ ਚੌਂਤੀ, ਤੀਹ, ਤੀਹ ਸੱਤ ਸੈਂਤੀ, ਤੀਹ, ਤੀਹ ਨੌ ਉਨਤਾਲੀ, ਤੀਹ, ਤੀਹ ਅੱਠ ਅਠੱਤੀ, ਅੱਸੀ, ਅੱਸੀ ਅੱਠ ਅਠਾਸੀ, ਅੱਸੀ ਇੱਕ ਇਕਿਆਸੀ, ਅੱਸੀ, ਅੱਸੀ ਸੱਤ ਸਤਾਸੀ, ਅੱਸੀ, ਅੱਸੀ ਚਾਰ ਚੁਰਾਸੀ, ਸੱਤਰ, ਸੱਤਰ ਇੱਕ ਇਕਹੱਤਰ, ਸੱਤਰ ਚਾਰ ਚੁਹੱਤਰ, ਸੱਤਰ ਸੱਤ ਸਤੱਤਰ, ਸੱਤਰ ਅੱਠ ਅਠੱਤਰ, ਅਠੱਤਰ ਨੌ ਉਨਾਸੀ, ਨੱਬੇ, ਨੱਬੇ ਨੌ ਨੜਿਨਵੇਂ, ਨੱਬੇ ਅੱਠ ਅਠਾਨਵੇਂ, ਨੱਬੇ ਸੱਤ ਸਤਾਨਵੇਂ, ਨੱਬੇ ਚਾਰ ਚੁਰਾਨਵੇਂ, ਨੱਬੇ ਇੱਕ ਇਕਾਨਵੇਂ, ਅੱਸੀ ਤਿੰਨ ਤਰਾਸੀ, ਨੱਬੇ, ਸੱਠ ਤਿੰਨ ਤ੍ਰੇਹਠ, ਪੰਜਾਹ ਅੱਠ ਅਠਵੰਜਾ, ਨੱਬੇ ਇੱਕ ਇਕਾਨਵੇਂ,
ਨੱਬੇ ਦੋ ਬਾਨਵੇਂ ਸੱਠ ਪੰਜ ਪੈਂਹਠ ਸੱਠ ਸੱਠ ਨੌ ਉਣਹੱਤਰ ਸੱਤਰ ਦੋ ਬਹੱਤਰ ਸੱਤਰ ਛੇ ਛਿਹੱਤਰ ਪੰਜਾਹ ਸੱਤ ਸਤਵੰਜਾ ਨੱਬੇ ਨੌ ਨੜਿਨਵੇਂ ਅੱਸੀ ਛੇ ਛਿਆਸੀ ਸੱਠ ਅੱਠ ਅਠਾਹਠ ਅੱਸੀ ਅੱਸੀ ਨੌ ਉਣਾਨਵੇਂ ਸੱਤਰ ਤਿੰਨ ਤਿਹੱਤਰ ਪੰਜਾਹ ਤਿੰਨ ਤਰਵੰਜਾ ਸੱਠ ਛੇ ਛਿਆਹਠ ਸੱਠ ਦੋ ਬਾਹਠ ਨੱਬੇ ਪੰਜ ਪਚਾਨਵੇਂ ਪੰਜਾਹ ਦੋ ਬਵੰਜਾ ਪੰਜਾਹ ਪੰਜ ਪਚਵੰਜਾ ਨੱਬੇ ਚਾਰ ਚੁਰਾਨਵੇਂ ਚੌਂਕੇ ਬਿੰਦੀ ਚਾਲੀ ਚਾਲੀ ਤਿੰਨ ਤਰਤਾਲੀ ਚਾਲੀ ਛੇ ਛਿਆਲੀ ਅੱਠ ਸੌ ਅੱਠ ਸੌ ਦਸ ਅੱਠ ਸੌ ਅਠਾਰਾਂ ਇੱਕ ਸੌ ਦੋ ਸੌ ਸੱਤ ਸੌ ਨੌ ਸੌ ਪੰਜ ਸੌ ਪੰਜ ਸੌ ਤਿੰਨ ਸੌ ਅੱਠ ਸੌ ਛੇ ਸੌ ਸੱਤਰ ਛੇ ਸੌ ਸੱਤ ਸੌ।